ਜਦੋਂ ਸ਼੍ਰੀ ਭਾਈ ਸਾਹਿਬ ਗੁਰਦਾਸ ਜੀ ਦੀਆਂ ਬਾਹਾਂ ਪੜ੍ਹੀਏ ਨਾ ਤੇ ਭਾਈ ਸਾਹਿਬ ਗੁਰਦਾਸ ਜੀ ਇਹ ਗੱਲ ਆਖਦੇ ਨੇ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜੀ ਤੱਕ ਔਰ ਗੁਰੂ ਅਰਜਨ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਸਿੱਖਾਂ ਨੂੰ ਜਪਜੀ ਜਬਾਨੀ ਕੰਠ ਹੈ ਔਰ ਅੰਮ੍ਰਿਤ ਵੇਲੇ ਸਿੰਘ ਜਪਜੀ ਦਾ ਪਾਠ ਕਰਿਆ ਕਰਦੇ ਸਨ। ਸ਼ਾਮ ਦੇ ਵੇਲੇ ਸੋਦਰ ਪੜ੍ਹਦੇ ਸਨ ਤੇ ਰਾਤ ਦੇ ਵੇਲੇ ਸੋਹਿਲਾ ਪੜ੍ਹਦੇ ਸਨ। ਮੈਂ ਇਹ ਵੀ ਬੇਨਤੀ ਕਰਦੇ ਹਾਂ ਜੀ, ਸਾਨੂੰ ਪਤਾ ਹੋਵੇ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜੀ ਤੱਕ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਨਹੀਂ ਹੋਈ, ਸਿੱਖ ਸੋਦਰ ਦਾ ਇੱਕੋ ਹੀ ਸ਼ਬਦ ਪੜ੍ਹਦੇ ਸਨ, ਸੋਦਰ ਰਾਗ ਆਸ਼ਾ ਮਹਿਲਾ ਪਹਿਲਾ। ਸੋਹਿਲੇ ਦੀ ਬਾਣੀ ਦੇ ਵਿੱਚ ਸਿੱਖ ਇੱਕੋ ਹੀ ਸ਼ਬਦ ਪੜ੍ਹਦੇ ਸਨ, ਗਗਨ ਮੈਂ ਥਾਲ ਰਾਵ ਚੰਦ ਦੀਪਕ ਮਨੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜੀ ਤੱਕ। ਖਿਆਲ ਰੱਖਿਓ, ਕਿਉਂਕਿ ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਆਦਿਬੀੜ ਦੀ ਸੰਪਾਦਨਾ ਕੀਤੀ, ਬਾਣੀ ਨੂੰ ਸਾਰੀ ਨੂੰ ਤਰਤੀਬ ਦੇ ਨਾਲ ਕਲਮਬੱਧ ਕੀਤਾ ਲਿਖਵਾਇਆ, ਉੱਥੇ ਫਿਰ ਸਤਿਗੁਰ ਨੇ ਥੋੜ੍ਹੀ ਤਬਦੀਲੀ ਕਰ ਦਿੱਤੀ। ਪਹਿਲਾਂ ਮੈਂ ਭਾਈ ਗੁਰਦਾਸ ਜੀ ਦਾ ਬਚਨ ਤੁਹਾਨੂੰ ਸਾਂਝਾ ਕਰਦੇ ਹਾਂ। ਭਾਈ ਸਾਹਿਬ ਗੁਰਦਾਸ ਆਖਦੇ ਨੇ, ਸੋਦਰ ਆਰਤੀ ਗਾਵੀ ਹੈ ਅੰਮ੍ਰਿਤ ਵੇਲਾ ਜਾਪ ਉਚਾਰ। ਸਿੱਖ ਸ਼ਾਮ ਨੂੰ ਸੋਦਰ ਗਾਉਂਦਾ ਹੈ, ਰਾਤ ਨੂੰ ਸੋਹਿਲਾ ਗਾਉਂਦਾ ਹੈ ਔਰ ਸਵੇਰੇ ਜਪਜੀ ਗਾਉਂਦਾ ਹੈ। ਠੀਕ ਹੈ ਜੀ। ਹੁਣ ਸੋਦਰ ਦੇ ਵਿੱਚ ਫਿਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਥੋੜ੍ਹਾ ਜਿਹਾ ਵਾਧਾ ਇਹ ਕੀਤਾ ਕਿ ਉਹਦੇ ਵਿੱਚ ਮੇਰੇ ਮਾਲਕ ਨੇ 8 ਸ਼ਬਦ ਹੋਰ ਜੋੜ ਦਿੱਤੇ। 8 ਸ਼ਬਦ ਗੁਰੂ ਗ੍ਰੰਥ ਸਾਹਿਬ ਤੁਸੀਂ ਸੋਦਰ ਪੜ੍ਹੋਗੇ, 8 ਸ਼ਬਦ ਹੋਰ ਜੋੜ ਦਿੱਤੇ, ਕੁੱਲ ਸ਼ਬਦ ਹੋ ਗਏ 9। ਤੇ ਸੋਦਰ ਦਾ ਪਾਠ ਸੋਦਰ ਰਾਗ ਆਸ਼ਾ ਮਹਿਲਾ ਪਹਿਲਾ ਤੋਂ ਸ਼ੁਰੂ ਹੋਇਆ, ਪਰ ਕਹੁ ਨਾਨਕ ਹਮ ਨੀਸ਼ ਕਰਮਾ ਸ਼ਰਨ ਪਰੇ ਕੀ ਰਾਤੋਂ ਸ਼ਰਮਾ ਤੇ ਆ ਕੇ ਸਮਾਪਤ ਹੋ ਗਿਆ, ਥੋੜਾ ਵਾਧਾ ਹੋ ਗਿਆ। ਅੱਜ ਵੀ ਗੁਰੂ ਗ੍ਰੰਥ ਵਿੱਚ ਪੜ੍ਹੋਗੇ ਇੱਥੇ ਤੱਕ ਹੀ ਆ। ਜਦੋਂ ਸਤਿਗੁਰੂ ਜੀ ਨੇ ਸੋਹਿਲਾ ਬਾਣੀ ਦਾ ਸਿਰਲੇਖ ਲਿਖ ਕੇ ਹੇਠਾਂ ਬਾਣੀ ਦਰਜ ਕੀਤੀ ਤਾਂ ਉਸ ਬਾਣੀ ਦੇ ਸਤਿਗੁਰੂ ਪਾਤਸ਼ਾਹ ਜੀ ਨੇ 4 ਸ਼ਬਦਾਂ ਦਾ ਹੋਰ ਵਾਧਾ ਕਰ ਦਿੱਤਾ, ਸੋਹਿਲੇ ਦੇ ਹੋ ਗਏ 5 ਸ਼ਬਦ। ਹੁਣ ਇਹ ਸਾਰੀ ਵਾਰਤਾ ਸੋਦਰ ਔਰ ਸੋਹਿਲਾ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਫਿਰ ਇਸ ਰੂਪ ਚ ਹੀ ਤੁਰਦਾ ਆ ਰਿਹਾ। ਪੰਥ ਨੇ ਜਦੋਂ ਰਹਿਤ ਮਰਿਆਦਾ ਬਣਾਈ ਫਿਰ ਪੰਥ ਨੇ ਥੋੜ੍ਹਾ ਜਿਹਾ ਉਹਦੇ ਵਿੱਚ ਵਾਧਾ ਕਰ ਦਿੱਤਾ, ਉੱਥੇ ਲਿਖ ਦਿੱਤਾ ਵੀ ਸਿੱਖ ਨੇ ਨਾਲ ਚੁਪਾਈ ਪੜ੍ਹਨੀ ਹੈ। ਕਿੱਥੋਂ ਤੱਕ ਪੜ੍ਹਨੀ ਹੈ? ਹਮਰੀ ਕਰੋ ਖਾਦੇ ਰੱਛਾ ਤੋਂ ਲੈ ਕੇ ਦੁਸ਼ਟ ਦੋਖ ਤੇ ਲੇਹ ਬਚਾਈ ਤੱਕ। ਖਿਆਲ ਰੱਖੋ, ਇਹ ਪੰਥ ਨੇ ਪ੍ਰਵਾਨ ਕੀਤਾ, ਤੁਹਾਡਾ ਮੇਰਾ ਫੈਸਲਾ ਨਹੀਂ ਹੈ, ਪੰਥ ਦਾ ਫੈਸਲਾ ਹੈ। ਤੁਹਾਨੂੰ ਅੱਜ ਵੀ ਉਹ ਲੋਕ ਮਿਲਣਗੇ ਜਿਹੜੇ ਨਾ ਗ੍ਰੰਥ ਦੀ ਮੰਨਣ ਨੂੰ ਤਿਆਰ ਨੇ ਔਰ ਨਾ ਹੀ ਪੰਥ ਦੀ ਮੰਨਣ ਨੂੰ ਤਿਆਰ ਹੈ। ਉਹ ਵੀ ਗੱਲ ਚੱਲ ਕੇ ਤੁਹਾਨੂੰ ਮੈਂ ਸਾਂਝੀ ਕਰ। ਹੁਣ ਪੰਥ ਨੇ ਕਿਹਾ ਵੀ ਦੁਸ਼ਟ ਦੁੱਖ ਤੇ ਲੇਹ ਬਚਾਈ ਤੱਕ, ਇਸ ਤੋਂ ਅੱਗੇ ਸਵਈਆ ਪੜ੍ਹਨਾ ਹੈ, ਪਾਏ ਗਏ ਜਪਤੇ ਤੁਮਰੇ, ਇਸ ਤੋਂ ਅੱਗੇ ਦੋਹਰਾ ਪੜ੍ਹਨਾ, ਫਿਰ ਇਸ ਤੋਂ ਅੱਗੇ ਕੀ ਕਰਨਾ ਪੰਥ ਜੀ? ਕਹਿੰਦੇ 6 ਪੌੜੀਆਂ ਆਨੰਦ ਪੜ੍ਹਨੀਆਂ। ਠੀਕ ਹੈ ਜੀ, ਕਿਉਂਕਿ ਹੁਣ ਸ਼ਾਮ ਦੇ ਵੇਲੇ ਕੜਾਹ ਪ੍ਰਸ਼ਾਦੀ ਦੇਗ ਆਉਂਦੀ ਹੈ, ਇਹ ਵੀ ਗੱਲ ਨਾਲ ਹੈ, ਜਦੋਂ ਕੜਾਹ ਪ੍ਰਸ਼ਾਦੀ ਦੇਗ ਆਉਂਦੀ ਉਦੋਂ 6 ਪੌੜੀਆਂ ਆਨੰਦ ਬਾਣੀ ਪੜ੍ਹ ਕੇ ਅਰਦਾਸ ਕਰਨੀ ਹੁੰਦੀ ਹੈ, ਕਿਉਂ ਸੋਦਰ ਵੇਲੇ ਜਦੋਂ ਆਪਣੇ ਕੜਾਹ ਪ੍ਰਸ਼ਾਦੀ ਦੇਗ ਆਉਂਦੀ ਅਤੇ ਨਾਲ ਹੀ ਉਹ ਆਨੰਦ ਸਾਹਿਬ ਦੀਆਂ ਜਿਹੜੀਆਂ 5 ਪੌੜੀਆਂ ਪੜ੍ਹੀਆਂ ਜਾਂਦੀਆਂ ਨੇ, ਇਹ ਨਾਲ 2 ਸ਼ਲੋਕ ਜੋੜ ਦਿੱਤੇ। ਮੰਦਾਵਣੀ ਥਾਲ ਵਿੱਚ 3 ਵਸਤੂ ਪਈ ਹੋ ਅਤੇ
ਸ਼ਲੋਕ ਮਹਲਾ 5 13 ਕੀਤਾ, ਜਾਤੋ ਮਾਈ ਇੱਥੇ ਆ ਕੇ ਸ਼ੋਧਨ ਜਿਹੜੀ ਉਹ ਸਮਾਪਤ ਹੋ ਗਈ। ਹੁਣ ਤੁਸੀਂ ਜਦੋਂ ਰਹਿਤ ਮਰਿਆਦਾ ਵੇਖੋਗੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਗੁਟਕੇ ਛਾਪੀ ਨੂੰ ਵੇਖੋਗੇ ਉਹ ਇੱਥੇ ਤੱਕ ਤੁਹਾਨੂੰ ਸ਼ੋਧਨ ਮਿਲੇਗੀ। ਬਹੁਤੇ ਗੁਰਦੁਆਰਿਆਂ ਵਿੱਚ ਇੱਥੇ ਤੱਕ ਪੜ੍ਹੀ ਜਾਂਦੀ ਹੈ ਔਰ ਬਹੁਤੇ ਗੁਰਦੁਆਰਿਆਂ 'ਚ ਇਸ ਤੋਂ ਗਾਂਹ ਤੱਕ ਵੀ ਪੜ੍ਹੀ ਜਾਂਦੀ ਹੈ। ਇਸ ਕਰਕੇ ਕਈਆਂ ਦੇ ਮਨ 'ਚ ਸਵਾਲ ਹੁੰਦਾ ਹੈ ਰਹਿਰਾਸ ਛੋਟੀ ਅਤੇ ਵੱਡੀ ਕਿਉਂ ਹੈ। ਆਹ ਜਿਹੜਾ ਸਰੂਪ ਤੁਹਾਨੂੰ ਮੈਂ ਦੱਸਿਆ ਨਾ ਜੀ, ਇਹ ਪੰਥ ਨੇ ਔਰ ਗ੍ਰੰਥ ਨੇ ਪ੍ਰਵਾਨ ਕੀਤਾ ਹੈ। ਸੋਹਲੇ ਦੇ 5 ਸ਼ਬਦ ਨੇ, ਉਹਨੂੰ ਕੀਰਤਨ ਸੋਹਲਾ ਵੀ ਕਹਿ ਦਿੰਦੇ ਨੇ ਔਰ ਆਰਤੀ ਸੋਹਲਾ ਵੀ ਕਹਿ ਦਿੰਦੇ ਨੇ। ਇੱਥੇ ਮੈਂ ਇਹ ਵੀ ਸਪਸ਼ਟ ਕਰ ਦਿਆਂ ਜੀ, ਕੀਰਤਨ ਸੋਹਲਾ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਉਹਦੇ ਜਿਹੜੇ ਸ਼ਬਦ ਨੇ ਕਈਆਂ ਥਾਵਾਂ ਤੇ ਸੋਹਲਾ ਕੀਰਤਨ ਦੇ ਰਾਹੀਂ ਗਾ ਕੇ ਹੀ ਪੜ੍ਹ ਦਿੱਤਾ ਜਾਂਦਾ ਤੇ ਉੱਥੋਂ ਇੱਕ ਨਾਮ ਪ੍ਰਚਲਿਤ ਹੋ ਗਿਆ ਕੀਰਤਨ ਸੋਹਲਾ। ਆਰਤੀ ਸੋਹਲਾ ਇਸ ਕਰਕੇ ਕਿਹਾ ਜਾਂਦਾ ਸੀ ਜਾਂ ਕਿਹਾ ਜਾਂਦਾ ਹੈ ਕਿ ਸਤਿਗੁਰੂ ਨਾਨਕ ਜੀ ਨੇ ਸ਼ਬਦ ਉਚਾਰਿਆ ਸੀ ਨਾ, ਗਗਨਮੈ ਥਾਲ ਰਾਮਚੰਦ ਦੀਪਕ ਬਣੇ, ਉਹ ਸਤਿਗੁਰ ਨੇ ਸ਼ਬਦ ਦੇ ਰਾਹੀਂ ਇਹ ਦੱਸਿਆ ਹੈ ਵੀ ਕਰਤੇ ਦੀ ਆਰਤੀ ਕਿਵੇਂ ਹੋ ਰਹੀ ਹੈ ਤੇ ਕੌਣ ਕਰ ਰਿਹਾ। ਇਸ ਕਰਕੇ ਉਹਨੂੰ ਆਰਤੀ ਵੀ ਕਹਿੰਦੇ ਨੇ, ਆਰਤੀ ਸੋਹਲਾ ਵੀ ਕਹਿੰਦੇ ਨੇ, ਪਰ ਉਹਦਾ ਜਿਹੜਾ ਅਸਲ ਨਾਮ ਹੈ ਉਹ ਕੀ ਹੈ ਜੀ, ਸੋਹਲਾ। ਇਹ ਖਿਆਲ ਰੱਖਣਾ। ਹੁਣ ਆਪਾਂ ਆਈਏ ਜਪਜੀ ਸਾਹਿਬ ਦੇ ਵੱਲ। ਜਪਜੀ ਸਾਹਿਬ ਬਾਣੀ ਦੀਆਂ 38 ਪੌੜੀਆਂ ਔਰ ਇਸ ਬਾਣੀ ਦੇ ਨਾਲ 2 ਸ਼ਲੋਕ ਵੀ ਦਰਜ ਹਨ।